ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਦੀਪਿਕਾ ਖੋਸਲਾ ਤੇ ਇੱਕ ਵਾਰ ਫੇਰ ਹਾਜ਼ਰ ਹਾਂ ਨਿਊਜ਼ ਦਿਸ ਵੀਕ ਪ੍ਰੋਗਰਾਮ ਦੇ ਨਾਲ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਹਫਤੇ ਦੀਆਂ ਖਾਸ ਖਬਰਾਂ ਦਾ ਜ਼ਿਕਰ ਕਰਾਂਗੇ। ਸ਼ੁਰੂਆਤ ਸੀਐਮ ਭਗਵੰਤ ਮਾਨ ਦੀ ਸਿਹਤ ਤੋਂ ਹੀ ਕਰ ਲੈਂਦੇ ਹਾਂ, ਕਿਉਂਕਿ ਸਿਹਤ ਦੇ ਮਾਮਲੇ ਦੇ ਵਿੱਚ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਈ ਹੈ। ਔਰ ਤੁਹਾਨੂੰ ਦੱਸ ਦਈਏ ਕਿ ਕਈ ਤਰ੍ਹਾਂ ਦੇ ਸਵਾਲ ਜੋ ਨੇ ਉਹ ਹੈਲਥ ਬੁਲੇਟਿਨ ਨੂੰ ਲੈ ਕੇ ਵੀ ਖੜੇ ਕੀਤੇ ਗਏ, ਕਿਉਂਕਿ ਪਹਿਲਾਂ ਹਸਪਤਾਲ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਰੂਟੀਨ ਚੈੱਕਅਪ ਜੋ ਹੈ ਉਹ ਸੀਐਮ ਸਾਹਿਬ ਦਾ ਹੋ ਰਿਹਾ ਹੈ, ਪਰ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਪੋਸਟਾਂ ਪਾ ਕੇ ਬਿਕਰਮ ਮਜੀਠੀਆ ਦੇ ਵੱਲੋਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਸੀਐਮ ਸਾਹਿਬ ਦੀ ਸਿਹਤ ਨਾਸਾਜ਼ ਹੈ, ਜ਼ੇਰੇ ਇਲਾਜ ਨੇ, ਔਰ ਇਹ ਸਾਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਰ ਸੀਐਮ ਆਫਿਸ ਤੋਂ ਵੀ ਹੈਲਥ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹਸਪਤਾਲ ਦੇ ਡਾਕਟਰ ਜਿਨ੍ਹਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਵੀ ਹੈਲਥ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਕਿ ਸੀਐਮ ਸਾਹਿਬ ਦੀ ਸਿਹਤ ਜੋ ਹੈ ਉਹ ਸਥਿਰ ਹੈ ਔਰ ਜਲਦ ਹੀ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਜਾਏਗੀ। ਔਰ ਕੁਝ ਰਿਪੋਰਟਾਂ ਅਜੇ ਆਉਣੀਆਂ ਬਾਕੀ ਨੇ, ਕੁਝ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜੋ ਨੇ ਉਹ ਹਸਪਤਾਲ ਤੋਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਇਸ ਸਭ ਦੇ ਵਿਚਾਲੇ ਗੱਲ ਕਾਂਗਰਸ ਦੀ ਕਰ ਲਈਏ ਜਾਂ ਫਿਰ ਅਕਾਲੀ ਦਲ ਦੀ, ਸਵਾਲ ਵੱਡੇ ਖੜੇ ਕੀਤੇ ਗਏ। ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਗੱਲ ਕੀਤੀ ਜਾ ਸਕਦੀ ਹੈ, ਉਹਨਾਂ ਦੇ ਵੱਲੋਂ ਤਾਂ ਅਰਵਿੰਦ ਕੇਜਰੀਵਾਲ ਨੂੰ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਸੀਐਮ ਹੀ ਬਦਲ ਦਿੱਤਾ ਜਾਵੇ, ਕਿਉਂਕਿ ਜਿਹੜਾ ਵਿਅਕਤੀ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ ਉੱਤੇ ਤੰਦਰੁਸਤ ਨਹੀਂ ਹੈ ਉਹ ਪੰਜਾਬ ਨੂੰ ਇੱਕ ਸੂਬੇ ਨੂੰ ਕਿਵੇਂ ਚਲਾ ਸਕਦਾ ਹੈ। ਸੋ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਵੀ ਸਾਧੇ ਗਏ, ਪਰ ਇਸ ਸਭ ਦੇ ਵਿਚਾਲੇ ਕੁਝ ਜਾਣਕਾਰੀਆਂ, ਕੁਝ ਖੁਲਾਸੇ ਬਿਕਰਮ ਮਜੀਠੀਆ ਦੇ ਵੱਲੋਂ ਵੀ ਕੀਤੇ ਗਏ। ਕੀ ਕੁਝ ਕਿਹਾ ਬਿਕਰਮ ਮਜੀਠੀਆ ਨੇ, ਆਓ ਸੁਣਦੇ ਹਾਂ। ਕੱਲ੍ਹ ਮੇਰੇ ਦਾਖਲ ਹੋ, ਪਰਸੋਂ ਰਾਤ ਨੂੰ ਹੋਏ ਭਗਵੰਤ ਮਾਨ ਜੀ, ਔਰ ਸਵੇਰ ਤੱਕ ਕਿਸੇ ਨੂੰ ਤੁਹਾਨੂੰ ਖਬਰ ਨਹੀਂ ਸੀ। ਉਹ ਮੈਨੂੰ ਰਾਤ ਖਬਰ ਆ ਗਈ ਸੀ ਕਿ ਉਹ 11:30-12 ਵਜੇ ਦਾਖਲ ਹੋ ਗਏ, ਮਗਰ ਮੈਂ ਤਾਂ ਸੌਂ ਗਿਆ ਸੀਗਾ। ਜਦੋਂ 8-9-10 ਵਜੇ ਸਾਡੇ ਵਰਗਾ ਤਾਂ ਪੈ ਜਾਂਦਾ, ਅਤੇ ਹੁਣ ਸਾਨੂੰ ਤਾਂ ਸਵੇਰੇ ਜਦ ਮੈਂ ਵੇਖਿਆ, ਮੈਂ TV 2 ਵੀ ਵੇਖਿਆ, ਖਬਰ ਕੋਈ ਨਹੀਂ। ਫਿਰ ਦਾਸ ਨੇ ਤੁਹਾਨੂੰ ਖਬਰ ਦੇ ਦਿੱਤੀ, ਮੁੜ ਕੇ ਆ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਕੋਈ ਨਹੀਂ, ਕਹਿੰਦਾ ਰੂਟੀਨ ਚੈੱਕਅਪ ਲਈ ਗਏ ਆ। ਉਹ ਬਾਮਾ ਹੀਰ ਦਿਓ, 48 ਘੰਟੇ ਹੋ ਗਏ, ਕਿਹੜਾ ਰੂਟੀਨ ਦਾ ਚੈੱਕਅਪ ਹੁੰਦਾ? ਰੂਟੀਨ ਦਾ ਚੈੱਕਅਪ ਤੁਸੀਂ ਵੀ ਕਰਾਉਣ ਚਲੇ ਜਾਓ ਨਾ, 2 ਘੰਟਿਆਂ 'ਚ ਬੰਦਾ ਮੁੜ ਆਉਂਦਾ। ਇਹ ਤਾਂ ਸੀਐਮ ਸਾਹਿਬ ਨੇ, VVIP ਪਰਸਨ ਹੈ, ਇਹਨਾਂ ਲਈ ਤਾਂ ਡਾਕਟਰ ਹੀ ਬਾਹਰ ਖੜ੍ਹਾ ਹੁੰਦਾ, ਮਸ਼ੀਨਾਂ ਵਿਹਲੀਆਂ ਹੁੰਦੀਆਂ, ਨਾਲ ਹੀ ਵੇਖ ਕੇ ਘਰੇ ਤੋਰ ਦਿੰਦੇ। ਸੋ ਰੂਟੀਨ ਦਾ ਚੈੱਕਅਪ ਨਹੀਂ ਆ ਪ੍ਰੋਬਲਮ, ਜਿਹੜੀ ਆ ਸਾਰੀ ਪ੍ਰੋਬਲਮ ਦੀ ਜੜੀ BMW ਆ। ਇਹ ਪੰਗਾ ਵੀ ਜਦੋਂ BMW ਦਾ ਨਾਂ ਲੈਂਦੇ ਤਾਂ ਜਾਂ ਜਹਾਜ਼ ਮਿਸ ਹੁੰਦਾ, ਜਾਂ ਜਹਾਜ਼ 'ਤੇ ਉਤਰਨ ਵੇਲੇ ਡਿੱਗਦੇ ਆ, ਅਤੇ ਜਾਂ ਹਸਪਤਾਲ ਦਾਖਲ ਹੋ ਜਾਂਦਾ। ਹੁਣ ਪਤਾ ਨਹੀਂ BMW ਦਾ ਤੁਹਾਨੂੰ ਫੁੱਲ ਫਾਰਮ ਦਾ ਪਤਾ ਕਿ ਨਹੀਂ, ਸਭ ਪਤਾ, ਸਵਾਦ ਨਹੀਂ ਲਈਦਾ। ਵੈਸੇ ਤਾਂ ਇੱਕ ਗੱਡੀ ਦਾ ਬ੍ਰਾਂਡ ਹੈ ਇਹ, ਮਗਰ ਪੰਜਾਬੀਆਂ ਲਈ ਇਹਦਾ ਅਸਰ ਹੋਰ ਪੈ ਗਿਆ। ਮੈਨੂੰ ਇੱਕ ਮੈਂ ਭੇਜੀ ਗਿਆ BMW, ਮੈਂ BMW ਦੀ ਗੱਲ ਸਾਂਝੀ ਕੀਤੀ ਨਾ, ਮਾਡਰਨ ਆਟੋਮੋਟਿਵ, ਉਹ ਕਹਿੰਦਾ ਨਾ ਭਾਊ BMW ਦੀ ਗੱਲ ਬਾਲੀ ਨਹੀਂ ਕਰੀਦੀ ਹੁੰਦੀ, BMW ਦਾ ਮਤਲਬ ਵੀ ਸਮਝ, ਇਹ ਗੱਡੀਆਂ ਦੀ ਗੱਲ ਨਹੀਂ ਕਰਦਾ। ਮੈਂ ਕਿਹਦੀ ਗੱਲ ਕਰਦਾ? ਕਹਿੰਦਾ ਭਗਵੰਤ ਮਾਨ ਵਿਸਕੀ ਦੀ ਗੱਲ ਕਰਦਾ। ਉਹ ਮਹਿਲਾ ਦਾ ਜਦੋਂ ਇਹ BMW ਦਾ ਨਾਂ ਲੈਂਦਾ ਉਦੋਂ ਹੀ ਪੰਗਾ ਪੈ ਜਾਂਦਾ, ਨਾ ਲੈ ਭਾਊ ਨਾ, BMW ਤੋਂ ਦੂਰ ਰਹਿ। ਕਈਆਂ ਨੂੰ ਨਹੀਂ ਸੂਤਰ ਆਉਂਦੀ, ਉਹ ਤਦੇ ਮਰਸਰੀ ਲੈ ਲੈਂਦੇ ਆ, ਜਾਂ ਮਰੂਤੀ ਲੈ ਲੈਂਦੇ ਆ, ਜਾਂ ਹਾਂਡਾ ਲੈ ਲੈਂਦੇ ਆ। ਕਈਆਂ ਨੂੰ ਪਸੰਦ ਆ ਜਾਂਦੀ, ਜਿਨ੍ਹਾਂ ਦੇ ਰਾਸ ਆ ਜਾਂਦੀ ਉਹ BMW ਲੈ ਲੈਂਦੇ। ਇਸ ਲਈ ਭਾਈ ਇਹ ਤਾਂ ਆਪਦਾ ਆਪਦਾ ਸਰੀਰ ਆ, ਮਗਰ ਚਲੋ ਗੁਰੂ ਸਾਹਿਬ
ਉਹਨਾਂ ਦੀ ਸਿਹਤ ਜਾਪਦਾ ਕਰਨ। ਮੈਂ ਤੁਹਾਨੂੰ ਅੱਜ ਤੋਂ ਸਾਲ ਪਹਿਲਾਂ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਲਿਵਰ ਦੀ ਬੜੀ ਸੀਰੀਅਸ ਪ੍ਰੋਬਲਮ ਹੈ, ਲਿਵਰ ਸਰੋਸਿਸ ਹੈ। ਔਰ ਇਹ ਜਦੋਂ ਅਪੋਲੋ ਹੋਸਪਿਟਲ ਵੀ ਉਦੋਂ ਵੀ ਕਹਿੰਦੇ ਜੀ ਇਹਨਾਂ ਨੇ ਕਰਤਾ, ਮੈਂ ਫੀਤਾ ਬੰਨਣ ਬਹਿ ਜਾਂਦਾ, ਲੋਕ ਕਹਿੰਦੇ ਕਿ ਪਤਾ ਨਹੀਂ ਆਪ ਕੋਈ ਟਿੱਪਣੀ ਕੀਤੀ ਸੀ, ਫੀਤੇ ਵਾਲੇ ਤਾਂ ਬੂਟ ਹੀ ਨਹੀਂ ਪਾਉਂਦਾ ਭਾਊ ਤੂੰ। ਮਗਰ ਚਲੋ ਫੀਤੇ ਬੰਨਣ ਵਾਸਤੇ ਬੰਦਾ ਡਿੱਗ ਕੇ ਮੁੜ ਕੇ, ਅਪੋਲੋ ਵਾਲੇ ਕਿਹੜੇ ਡਾਕਟਰ ਨੇ ਬੰਨੇ ਉਹ ਫੀਤੇ, ਇਹ ਦੱਸ ਦਿਓ ਜਾਂਦਾ। ਔਰ ਉੱਥੋਂ ਵੀ ਅਗੇਂਸਟ ਮੈਡੀਕਲ ਐਡਵਾਈਸ ਆ ਗਈ ਸੀ ਔਰ ਤਦੇ ਉਹਦਾ ਰੀਲੈਪਸ ਹੋਇਆ ਔਰ ਹੁਣ ਦਾਖਲ ਹੋਏ ਆ, ਪ੍ਰੋਬਲਮ ਲਿਵਰ 'ਚ ਹੈ, ਲਿਵਰ ਇਜ਼ ਨੋਟ ਫੰਕਸ਼ਨਿੰਗ, ਫਲੂਇਡ ਜਮ੍ਹਾਂ ਹੋ ਰਿਹਾ, ਫਲੂਇਡ ਜਮ੍ਹਾਂ ਹੋਣ ਕਰਕੇ ਲੰਗਸ ਦੀ ਪ੍ਰੋਬਲਮ ਆ ਰਹੀ ਹੈ, ਹਾਰਟ ਨੂੰ ਸਟ੍ਰੈਸ ਪੈ ਰਿਹਾ, ਢਿੱਡ ਅਬਡੋਮਨ 'ਚ, ਬਟ ਇਹ ਮੈਡੀਕਲ ਇੱਕ ਕੰਡੀਸ਼ਨ ਹੈ, ਹੀ ਨੀਡਸ ਟੂ ਬੀ ਟ੍ਰੀਟਡ। ਉਹਨਾਂ ਨੂੰ ਸਹੀ ਟ੍ਰੀਟਮੈਂਟ ਮਿਲੇ, ਮਗਰ ਇਹਨੂੰ ਸੀਕ੍ਰੇਸੀ ਕਾਹਦੀ ਪਈ, ਦੇਰ ਨੋ ਟੌਪ ਸੀਕ੍ਰੇਟ ਨਹੀਂ ਹੈ, ਇਹ ਕੋਈ ਖੁਫੀਆ ਮਿਸ਼ਨ 'ਤੇ ਨਹੀਂ ਕੋਈ ਚੱਲੇ, ਇਹ ਤਾਂ ਨੋਰਮਲ ਗੱਲ ਹੈ। ਪੰਜਾਬੀਆਂ 'ਚੋਂ ਕਈਆਂ ਨੂੰ ਇਹ BMW ਦੀ ਪ੍ਰੋਬਲਮ ਛਿੜ ਜਾਂਦੀ। ਇੱਕ ਪਾਸੇ ਜਿੱਥੇ ਬਿਕਰਮ ਮਜੀਠੀਆ ਦੇ ਵੱਲੋਂ ਮਾਨ ਸਾਹਿਬ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ, ਦੂਸਰੇ ਪਾਸੇ ਉਹ ਤੰਜ ਕੱਸਦੇ ਹੋਏ ਵੀ ਨਜ਼ਰ ਆਏ ਔਰ ਇਸ ਸਭ ਦੇ ਉੱਤੇ ਮਾਲਵਿੰਦਰ ਸਿੰਘ ਕੰਗ ਹੁਣਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹ ਬਿਕਰਮ ਮਜੀਠੀਆ 'ਤੇ ਨਿਸ਼ਾਨੇ ਸਾਧਦੇ ਨਜ਼ਰ ਆਏ, ਕੀ ਕੁਛ ਕਿਹਾ ਆਓ ਸੁਣਦੇ ਹਾਂ। ਐਕਚੁਅਲੀ ਨਾ ਮਜੀਠੀਆ ਸਾਹਿਬ ਦੀ ਮੈਮੋਰੀ ਬੜੀ ਛੋਟੀ ਹੈ, ਬਾਦਲ ਸਾਹਿਬ 'ਤੇ ਅਮਰੀਕਾ ਜਾ ਕੇ ਵੀ ਇਲਾਜ ਕਰਵਾ ਸਕਦੇ ਆ ਬਤੌਰ ਮੁੱਖ ਮੰਤਰੀ, ਅਤੇ ਜੇ ਮਾਨ ਸਾਹਿਬ ਨੂੰ ਤਕਲੀਫ ਹੋ ਗਈ ਤਾਂ ਇਲਾਜ ਕਰਾ ਰਿਹਾ। ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਧਾਰਨਾ ਨਹੀਂ ਹੈ ਕਿ ਦੁਸ਼ਮਣ ਦੇ ਵੀ ਕੋਈ ਪ੍ਰੋਬਲਮ ਆ ਜਾਵੇ ਤਾਂ ਲੋਕ ਖੁਸ਼ ਨਹੀਂ ਹੁੰਦੇ, ਅਤੇ ਮਜੀਠੀਆ ਸਾਹਿਬ ਦਾ ਜਿਹੜੀ ਇਹ ਸੋਚ ਹੈ ਬਹੁਤ ਹੱਦ ਦਰਜੇ ਦੀ ਘਟੀਆ ਔਰ ਮਾੜੀ ਸੋਚ ਹੈ। ਬਾਕੀ ਮਾਣਯੋਗ ਮੁੱਖ ਮੰਤਰੀ ਜੀ ਦੀ ਸਿਹਤ ਨੂੰ ਲੈ ਕੇ ਕੱਲ੍ਹ ਵੀ ਬੁਲੇਟਿਨ ਜਿਹੜਾ ਆ ਹੈਲਥ ਡਿਪਾਰਟਮੈਂਟ ਨੇ ਜਾਰੀ ਕੀਤਾ ਸੀ, ਕੋਈ ਫਿਕਰ ਵਾਲੀ ਗੱਲ ਨਹੀਂ ਹੈ ਔਰ ਜੋ ਡਾਕਟਰਾਂ ਦੀ ਸਲਾਹ ਦੇ ਹਿਸਾਬ ਨਾਲ ਜੋ ਇਲਾਜ ਉਹਨਾਂ ਦਾ ਚੱਲ ਰਿਹਾ ਉਹ ਬੜੇ ਵਧੀਆ ਹਾਲਾਤ 'ਚ। ਉੱਥੇ ਹੀ ਗੱਲ ਸੁਖਪਾਲ ਖਹਿਰਾ ਦੀ ਕਰੀਏ ਤਾਂ ਸੁਖਪਾਲ ਖਹਿਰਾ ਹੁਣਾਂ ਦਾ ਇੱਕ ਬਿਆਨ ਖਾਸਾ ਚਰਚਾ ਦੇ ਵਿੱਚ ਰਿਹਾ। ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਉਹਨਾਂ ਨੇ ਸੀਐਮ ਮਾਨ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਔਰ ਇਹਦੇ ਨਾਲ ਹੀ ਇੱਕ ਵੱਡਾ ਖੁਲਾਸਾ ਵੀ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਜੋ ਹਾਲ ਹੀ ਦੇ ਵਿੱਚ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਉਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਨਜ਼ਰ ਆਏ ਔਰ ਇੱਥੋਂ ਤੱਕ ਆਖਿਆ ਗਿਆ ਕਿ ਇਹ ਜਿਹੜੇ ਮੰਤਰੀ ਚੁਣੇ ਗਏ ਨੇ ਸਿੱਧਾ ਦਿੱਲੀ ਤੋਂ ਚੁਣੇ ਗਏ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਈਪਾਸ ਕਰਦੇ ਹੋਏ ਦਿੱਲੀ ਤੋਂ ਇਹ ਫਰਮਾਨ ਜਾਰੀ ਕੀਤਾ ਗਿਆ ਕਿਉਂਕਿ ਮੰਤਰੀ ਖੁਦ ਜਾਣਕਾਰੀ ਸਾਂਝੀ ਕਰ ਰਹੇ ਨੇ ਕਿ ਪਹਿਲਾਂ ਉਹਨਾਂ ਨੂੰ ਦਿੱਲੀ ਤੋਂ ਫੋਨ ਆਏ ਕਿ ਤੁਸੀਂ ਬਤੌਰ ਮੰਤਰੀ ਚੁਣ ਲਏ ਗਏ ਹੋ ਔਰ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਉਹਨਾਂ ਨੂੰ ਵਧਾਈ ਦਾ ਫੋਨ ਆਉਂਦਾ ਹੈ ਉਹਨਾਂ ਦੇ ਵੱਲੋਂ ਬਾਅਦ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਔਰ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖਹਿਰਾ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਸੀਐਮ ਭਗਵੰਤ ਮਾਨ ਦੇ ਪਰਕ ਉਤਰੇ ਜਾ ਰਹੇ ਨੇ ਔਰ ਪੰਜਾਬ ਦੇ ਲੋਕਾਂ ਨੇ ਜਿਸ ਸ਼ਖਸ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਉਸ ਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤਾਂ ਇਹ ਦਾਅਵਾ ਸੁਖਪਾਲ ਖਹਿਰਾ ਦੇ ਵੱਲੋਂ ਕਰ ਦਿੱਤਾ ਗਿਆ। ਨਾਲ ਦੇ ਨਾਲ ਇਹ ਵੀ ਆਖ ਦਿੱਤਾ ਗਿਆ ਕਿ ਬੇਸ਼ੱਕ ਸਾਡੇ ਵਿਚਾਰਕ ਮਤਭੇਦ ਹਨ ਔਰ ਉਹਨਾਂ ਨੇ ਆਪਣੇ ਨਾਲ ਜੋ ਹੋਇਆ ਵਾਪਰਿਆ ਮਾਨ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਸ ਦਾ ਵੀ ਜ਼ਿਕਰ ਕੀਤਾ ਪਰ ਇਹ ਸਭ ਦੇ ਵਿਚਾਲੇ ਉਹ ਅਜਿਹੀ ਸਥਿਤੀ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਖੜੇ ਨਜ਼ਰ ਆਏ ਕੀ ਕੁਛ ਕਿਹਾ ਆਓ ਸੁਣਦੇ ਹਾਂ। ਇਸ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ, ਚਾਰ ਜਿਹੜੇ ਮਿਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਿਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ, ਸਾਨੂੰ ਦਿੱਲੀਓਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋਵੇ, ਅਸੀਂ ਤੁਹਾਨੂੰ ਮਿਨਿਸਟਰ ਬਣਾ ਰਹੇ, ਤੁਸੀਂ ਦਿੱਲੀ ਪਹੁੰਚੋ। ਇਹ ਚਾਰ ਦੇ ਚਾਰ ਦਿੱਲੀ ਗਏ ਨੇ, ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਿਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ
ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤ ਮਾਨ ਦੀ ਵੀ ਵਧਾਈ ਦੀ ਕਾਲ ਆਈ। ਇਹਦਾ ਮਤਲਬ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਉਹਦੀ ਕੈਬਨਿਟ ਐਕਸਪੈਂਡ ਕੀਤੀ ਗਈ ਹੈ ਔਰ ਜਿਹਨਾਂ ਲੋਕਾਂ ਨੂੰ ਕੱਢਿਆ ਗਿਆ ਇਹ ਸਾਰੇ ਫੈਸਲੇ ਦਿੱਲੀ ਤੋਂ ਆਏ ਨੇ ਔਰ ਭਗਵੰਤ ਮਾਨ ਦੇ ਇੱਕ ਓਐਸਟੀ ਨੂੰ ਚੱਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਵਾ। ਐਨੀ ਮੂਮੈਂਟ ਉਸਨੂੰ ਰਿਮੂਵ ਕੀਤਾ ਜਾ ਸਕਦਾ, ਸ਼ਾਇਦ ਉਹਦੇ ਖਿਲਾਫ਼ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ। ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ। ਪਰ ਅਗਰ ਉਹ ਭਗਵੰਤ ਮਾਨ ਦੇ ਪਰ ਕੱਟ ਰਹੇ ਨੇ, ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗਡੋਰ ਲੈਣਾ ਚਾਹੁੰਦੇ ਨੇ, ਇਸ ਗੱਲ ਦਾ ਅਸੀਂ ਵੀ ਸਖ਼ਤ ਵਿਰੋਧ ਕਰਦੇ ਹਾਂ ਔਰ ਉਮੀਦ ਕਰਦਾ ਕਿ ਜਿਹੜੇ 91 MLA ਚੁਣੇ, ਇੱਕ ਨੂੰ ਛੱਡ ਰਿਹਾ ਨਾ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਆਪਣੀ ਗੱਲ ਕਹਿ ਰਿਹਾ, ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ, ਪੰਜਾਬ ਦੇ ਹਿੱਤ ਵਿੱਚ ਖੜਾ ਵਾ, ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ। ਜਿਹੜੇ ਬਾਕੀ 91 ਆ, ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ। ਯਾਦ ਰੱਖਿਓ, ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ, ਕਿਸੇ ਦਿੱਲੀ ਦੇ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ। ਔਰ ਇੱਥੇ ਜਦੋਂ 7 MP ਚੁਣੇ ਜਾ ਰਹੇ ਸੀ ਰਾਜ ਸਭਾ ਦੇ, ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ MLAs ਆ, ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ, ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ। ਭਾਵੇਂ ਆਪਣੀ ਪਾਰਟੀ ਦੇ ਵਾਲੰਟੀਅਰਸ ਬਣਾ ਲੈਂਦੇ, ਸਾਦੇ ਬੰਦੇ ਬਣਾ ਲੈਂਦੇ ਜਿਹੜੇ ਦਰੀਆਂ ਚੱਕਦੇ ਰਹੇ, ਜਿਹੜੇ ਤੁਹਾਡੇ ਬੂਥਾਂ ਤੇ ਖੜਦੇ ਰਹੇ, ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ, ਤੁਹਾਨੂੰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ, ਤੁਸੀਂ ਨਹੀਂ ਬਣਾਇਆ। ਪਿਛਲੇ 2.5 ਸਾਲ ਤੋਂ 91 MLA ਵਿੱਚੋਂ ਕੋਈ ਆਦਮੀ ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਮਿਲਣਾ ਚਾਹੀਦਾ ਵਾ, ਬਹਿਬਲ ਕਲਾਂ ਦੇ ਕਤਲਾਂ ਦਾ ਇਨਸਾਫ਼ ਮਿਲਣਾ ਚਾਹੀਦਾ। ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜਿਉਂ ਦੇ ਤਿਉਂ ਨਾ, ਔਰ ਸਾਡੀ ਸਰਕਾਰ ਨੂੰ ਇਹਦੇ ਤੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ। ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ, ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ। ਇਹ ਤੁਹਾਡਾ, ਇਹ ਤੁਹਾਨੂੰ ਲੋਕਾਂ ਨੇ ਬਤੌਰ MLA ਚੁਣ ਕੇ ਭੇਜਿਆ, ਤੁਸੀਂ ਕੋਈ ਬੰਦੂਆ ਮਜ਼ਦੂਰ ਨਹੀਂ ਗੇ, ਤੁਸੀਂ ਕਿਸੇ ਦੀ ਬੌਂਡਡ ਲੇਬਰ ਨਹੀਂ ਗੇ, ਕਿਸੇ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ। ਯਾਦ ਰੱਖਣਾ, ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟ 'ਚ ਹੋਇਆ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ। ਔਰ ਮੈਂ, ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸਿਸ ਹੋਣ ਭਗਵੰਤ ਮਾਨ ਨਾਲ, ਬਟ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੁਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੁਮਾਇੰਦੇ ਨੂੰ ਪਾਸੇ ਕਰਦੇ, ਕਿਉਂਕਿ ਭਗਵੰਤ ਮਾਨ ਜਿੱਦਾਂ ਦਾ ਵੀ ਹੈ, ਜੋ ਵੀ ਸੀ, ਵੋਟ ਇਹਦੇ ਮੂੰਹ ਨੂੰ ਪਈ ਆ। ਕਿਸੇ ਕੇਜਰੀਵਾਲ, ਕਿਸੇ ਦਿੱਲੀ ਦੇ ਲੀਡਰ ਦੇ ਮੂੰਹ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ। ਸੋ ਉਮੀਦ ਕਰਦਾ ਵਾਂ ਕਿ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਔਰ MLAs ਆਪਣੀ ਬਣਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੰਜਾਬ ਦੇ ਪੱਖ ਵਿੱਚ ਨਿਭਾਉਣਗੇ। ਤਾਂ ਇਹਦੇ ਨਾਲ ਹੀ ਅੱਗੇ ਗੱਲ ਅਸੀਂ ਪੰਚਾਇਤੀ ਚੋਣਾਂ ਦੀ ਕਰਨੀ ਹੈ, ਕਿਉਂਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਸਿਆਸਤ ਖਾਸੀ ਪੱਖੀ ਰਹੀ। ਤੁਹਾਨੂੰ ਦੱਸ ਦਈਏ ਕਿ ਕਈ ਥਾਵਾਂ ਤੋਂ ਅਜਿਹੀਆਂ ਵੀਡੀਓਜ਼ ਤੱਕ ਨਿਕਲ ਕੇ ਸਾਹਮਣੇ ਆਈਆਂ ਕਿ ਨਾਮਜ਼ਦਗੀ ਭਰਨ ਦਾ ਪਹਿਲਾ ਦਿਨ ਔਰ ਦਫ਼ਤਰਾਂ ਦੇ ਵਿੱਚ ਨਾ ਤਾਂ BDPO ਮਿਲੇ ਔਰ ਨਾ ਹੀ ਲਿਸਟਾਂ ਜੋ ਨੇ ਉਹ ਜਨਤਕ ਕੀਤੀਆਂ ਗਈਆਂ, ਜਿਸ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਸੀ, NOC ਤੱਕ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ। ਸੋ ਇਹ ਮਾਮਲਾ ਕਾਫੀ ਗਰਮਾਇਆ ਔਰ ਅਕਾਲੀ ਦਲ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰਿਆ ਗਿਆ, ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਤਰੀਕ ਤੈਅ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਧਾਂਦਲੀ ਦੇ ਇਲਜ਼ਾਮ ਜੋ ਨੇ ਉਹ ਲਗਾ ਦਿੱਤੇ ਗਏ ਸੀ। ਇੱਕ ਪਾਸੇ ਬਿਕਰਮ ਮਜੀਠੀਆ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਨੂੰ ਘੇਰਦੇ ਨਜ਼ਰ ਆਏ, ਤਾਂ ਦੂਸਰੇ ਪਾਸੇ ਬੰਟੀ ਰੋਮਾਣਾ ਫਰੀਦਕੋਟ ਦੇ ਵਿੱਚ ਜਦੋਂ ਸਰਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਗਏ ਤਾਂ ਉੱਥੇ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੂੰ ਲੈ ਕੇ ਕਾਫੀ ਬਵਾਲ ਵੀ ਹੋਇਆ। ਸੋਸ਼ਲ ਮੀਡੀਆ 'ਤੇ ਉਹ ਲਾਈਵ ਵੀ ਹੋਏ, BDPO ਨੂੰ ਵੀ ਘੇਰਿਆ ਗਿਆ। ਇੱਥੋਂ ਤੱਕ ਆਖ ਦਿੱਤਾ ਗਿਆ ਕਿ ਹੁਣ ਅਫਸਰਾਂ ਦੀਆਂ ਸ਼ਿਕਾਇਤਾਂ ਨਹੀਂ ਹੋਣਗੀਆਂ, ਹੁਣ ਇਹਨਾਂ ਦੇ ਗਲ 'ਚ ਗੂਠਾ ਦੇ ਕੇ ਹੀ ਕੰਮ ਕਰਾਉਣਾ ਪਏਗਾ। ਇੱਥੋਂ ਤੱਕ ਤਲਖੀ ਉਸ ਸਮੇਂ ਵਾਧੀ ਹੋਈ ਨਜ਼ਰ ਆਈ ਜੋ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ, ਔਰ ਉਸ ਤੋਂ ਬਾਅਦ ਬਕਾਇਦਾ ਬੰਟੀ ਰੋਮਾਣਾ ਦੇ ਵੱਲੋਂ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ। ਕੀ ਕੁਝ ਕਿਹਾ ਇਹਨਾਂ ਦਿੱਗਜਾਂ ਨੇ, ਆਓ ਸੁਣਦੇ ਹਾਂ। ਦੇਖੋ, ਮੈਂ ਕੋਈ ਪੰਚਾਇਤ ਦੀ ਚੋਣ ਨਹੀਂ ਲੜਨੀ,
ਬਟ ਆਈ ਐਮ ਕੰਸਰਨ ਐਜ਼ ਏ ਸਿਟੀਜ਼ਨ ਆਫ ਦਿਸ ਕੰਟਰੀ ਕਿ ਜੇ ਤੁਸੀਂ ਵੋਟਾਂ ਦਾ ਅਧਿਕਾਰ ਹੀ ਲੋਕਾਂ ਦਾ ਖੋਲ੍ਹ ਲੈਣਾ, ਫਿਰ ਤੁਸੀਂ ਵੋਟਾਂ ਕਰਾਈ ਕਿਉਂ ਰਹੇ? ਅੱਗੇ ਨਹੀਂ ਤੁਸੀਂ ਕਰਾਈਆਂ, ਇਹਨਾਂ 'ਚ ਡਿਲੇ ਰੱਖਿਆ, ਤੁਸੀਂ ਕਿਉਂ ਲੋਕਾਂ ਦਾ ਖਰਾਬ ਕਰ ਰਹੇ ਹੋ? ਰਹਿਣ ਦਿਓ, ਛੁੱਟੀ ਕਰੋ ਤੁਸੀਂ। ਵੈਸੇ ਨਾਲੇ ਤਾਂ ਪੈਸੇ ਦੀ ਬਰਬਾਦੀ, ਨਾਲੇ ਤੁਸੀਂ ਐਮਰਜੈਂਸੀ ਵਾਲੇ ਹਾਲਾਤ, ਨਾਲੇ ਤੁਸੀਂ ਦੇਖੋ ਵੱਡੀ ਗੱਲ ਕੀ ਕਰ ਰਹੇ ਆ। ਮੈਨੂੰ ਹੈਰਾਨਗੀ ਹੋਈ ਕੱਲ੍ਹ ਸੁਣ ਕੇ, ਕਹਿੰਦੇ ਜੀ ਅਸਲਾ ਜਮ੍ਹਾਂ ਕਰਾ ਦਿਓ। ਇਹ ਕੱਲ੍ਹ ਪਰਸੋਂ ਤੁਹਾਡੀ ਅਖਬਾਰਾਂ ਨੇ ਅੱਜ ਆਇਆ, ਕੱਲ੍ਹ ਕੀਤੇ ਅਤੇ ਜਾਬਤਾ ਕਦੋਂ ਲਾਇਆ? ਠੀਕ ਹੈ ਜੀ, ਸਾਡੇ ਕੀ ਹੋਇਆ? ਉਹ ਨੰਬਰਦਾਰ ਸਾਡਾ ਭਗਵੰਤ ਸਿੰਘ ਸ਼ਰੇਆਮ ਗੋਲੀਆਂ ਮਾਰ ਕੇ ਮਾਰਤਾ। ਜੇ ਇਹਨਾਂ ਨੇ ਅਸਲਾ ਜਮ੍ਹਾਂ ਕਰਾਏ ਹੁੰਦੇ ਤਾਂ ਉਹ ਵਿਚਾਰਾ ਅੱਜ ਜਿਉਂਦਾ ਨਾ, ਉਹਦੇ ਘਰ ਵੜ ਕੇ ਉਹਦੇ ਗੋਲੀਆਂ ਮਾਰੀਆਂ ਸਿਰਫ ਇਸ ਲਈ ਉਹਨੇ ਸਕੂਲ 'ਚ ਜਾਂਦੇ ਨਿਆਣਿਆਂ ਨੂੰ ਆ ਪਟਾਕੇ ਜਿਹੜੇ ਬੁਲਟ ਮਾਰਦੇ ਉਹਨਾਂ ਤੋਂ ਰੋਕਿਆ ਸੀ। ਮਤਲਬ ਹਾਲਾਤ ਵੇਖ ਲਓ ਕੀ ਬਣੇ ਪਏ ਆ। ਲਾਅ ਐਂਡ ਆਰਡਰ ਫਗੈਟ ਕਿ ਉਹ ਜਿਹੜੀ ਜਿਹਦਾ ਉਹ ਫੋਰਨ ਨੈਸ਼ਨਲ ਸੀ ਇਜ਼ਰਾਈਲੀ, ਜਿਹਦੇ ਨਾਲ ਉਹਦੇ ਨਾਲ ਜੋ ਬਦਸਲੂਕੀ ਉਹਦਾ ਬੈਗ ਖੋਲੇ। ਮਗਰ ਮੇਰਾ ਕਹਿਣ ਦਾ ਭਾਵ, ਜੇ ਅਸਲਾ ਹੀ ਨਹੀਂ ਹਲੇ ਤੱਕ ਜਮ੍ਹਾਂ ਹੋਇਆ ਤੇ ਇੱਥੇ ਕਿਹੜਾ, ਜੇ ਵੋਟਾਂ ਚਾਰ ਪੈ ਵੀ ਗਿਆ ਕਿਹੜਾ ਨੰਗਾ ਨਾਚ ਹੋਣਾ ਹੈ? ਖੂਨ ਦਾ ਕਿਵੇਂ, ਖੂਨ ਦੀ ਹੋਲੀ ਹੋਣੀ ਹੈ ਤੁਹਾਡੇ ਸਾਹਮਣੇ? ਸਮਝ ਤਾਂ ਇਹਨਾਂ ਤੋਂ ਤਾਂ ਫਰੋਤੀ ਨਹੀਂ ਸਮਝ ਸਕਦੇ, ਤੇ ਇਹਨਾਂ ਨੇ ਕੀ ਸਾਂਭਣਾ? ਮਤਲਬ ਹਾਲੇ ਤੱਕ ਦੇਰ ਇਜ਼ ਨੋ ਸੀਰੀਅਸਨੈਸ, ਡਿਪੋਜ਼ਿਟ ਆਫ ਆਰਮਸ ਹੋ ਹੀ ਨਹੀਂ ਰਹੇ, ਸਾਰੇ ਪ੍ਰੋਸੈਸ ਨੂੰ ਉਡਾਇਆ ਜਾ ਰਿਹਾ ਇੱਕ ਇੱਕ ਕਰਕੇ। ਮੈਂ ਦੁਪਹਿਰੇ ਵੀ ਇੱਥੇ ਆਇਆ ਸੀ, ਤੁਸੀਂ ਸਾਰਿਆਂ ਨੇ ਉਦੋਂ ਵੀ ਕਵਰ ਕੀਤਾ। ਅੱਜ 27 ਤਰੀਕ ਨੋਮੀਨੇਸ਼ਨ ਦਾ ਪਹਿਲਾ ਦਿਨ ਸੀ, ਨੋਮੀਨੇਸ਼ਨ ਅੱਜ ਦਾ ਦਿਨ ਦਾ ਇੱਕ ਦਿਨ ਖਤਮ ਹੋ ਗਿਆ, ਰਾਤ ਦੇ ਤਕਰੀਬਨ 8 ਵੱਜ ਚੁੱਕੇ ਹੈ ਤੇ ਹਜੇ ਤੱਕ ਸਾਨੂੰ ਫਰੀਦਕੋਟ ਹਲਕੇ ਦੇ ਫਰੀਦਕੋਟ ਬਲਾਕ ਦੇ ਪਿੰਡਾਂ ਦੀ ਵੋਟਰ ਸੂਚੀਆਂ ਪ੍ਰੋਵਾਈਡ ਨਹੀਂ ਕੀਤੀਆਂ। ਜਿੰਨਾ ਚਿਰ ਪਿੰਡਾਂ ਵਾਲਿਆਂ ਕੋਲ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਆ, ਜਿੰਨਾ ਚਿਰ ਉਹਨਾਂ ਕੋਲ ਵੋਟਰ ਸੂਚੀਆਂ ਨਹੀਂ ਉਹਨਾਂ ਦੇ ਹੱਥ 'ਚ ਹੋਣਗੀਆਂ, ਉਹ ਨੋਮੀਨੇਸ਼ਨ ਕਿਵੇਂ ਫਾਈਲ ਕਰਨਗੇ? ਮੈਂ ਤਾਂ ਇਲੈਕਸ਼ਨ ਕਮਿਸ਼ਨ ਦੇ ਧਿਆਨ 'ਚ ਵੀ ਇਹ ਚੀਜ਼ ਲਿਆਉਣੀ ਚਾਹੁੰਦਾ ਹੈ ਕਿ ਤੁਸੀਂ ਨੋਮੀਨੇਸ਼ਨ ਨੂੰ ਜਿੰਨੇ ਦਿਨ ਦਿੱਤੇ ਸੀ, ਇੱਕ ਦਿਨ ਤਾਂ ਸਾਡਾ ਉਹਦੇ 'ਚ ਖਰਾਬ ਹੋ ਗਿਆ। ਸਾਨੂੰ ਵੋਟਰ ਲਿਸਟ ਨਹੀਂ ਮਿਲੀਆਂ, ਕੱਲ੍ਹ ਨੂੰ ਛੁੱਟੀ ਹੈ, ਸੈਟਰਡੇ ਹੈ, ਪਰਸੋਂ ਸੰਡੇ ਹੈ, ਸਾਡੇ ਕੈਂਡੀਡੇਟਸ ਨੋਮੀਨੇਸ਼ਨ ਕਦੋਂ ਭਰਨਗੇ? ਸੋ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ, ਅਫਸਰਾਂ 'ਤੇ ਪ੍ਰੈਸ਼ਰ ਪਾ ਕੇ, ਮੈਂ ਲੋਕਲ ਲੈਵਲ 'ਤੇ ਹਰ ਅਫਸਰ ਨਾਲ ਗੱਲ ਕਰ ਚੁੱਕੇ, ਕੋਈ ਲੜ ਨਹੀਂ ਫੜਾ ਰਿਹਾ, ਕੋਈ ਅੱਧੇ ਘੰਟੇ 'ਚ ਕਹਿ ਰਿਹਾ ਲਿਸਟਾਂ ਆ ਰਹੀਆਂ, ਕੋਈ ਪੌਣੇ ਘੰਟੇ 'ਚ ਕਹਿ ਰਿਹਾ, ਦੁਪਹਿਰ 1 ਵਜੇ ਦੇ ਅਸੀਂ ਇਹਨਾਂ ਕੰਮਾਂ 'ਚ ਹੀ ਫਿਰ ਰਹੇ ਹਾਂ। ਅੱਜ ਹੁਣ ਰਾਤ ਦੇ 8 ਵੱਜ ਚੁੱਕੇ ਹੈ, ਵੀਡੀਓ ਸਾਹਿਬ ਦਫ਼ਤਰ ਬੈਠੇ, ਵੀਡੀਓ ਸਾਹਿਬ ਦੇ ਬੰਦੇ ਜਿਹੜੇ ਆ ਉਹ ਲਿਸਟਾਂ ਲੈ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ। ਫਿਰ ਇਦੋਂ ਤਾਂ ਡੈਮੋਕ੍ਰੇਸੀ ਵਾਲਾ ਸਿਸਟਮ ਬੰਦ ਕਰ ਦਿਓ ਆ, ਫਿਰ ਆਪਾਂ ਕਾਹਦੇ ਵਾਸਤੇ ਇੱਟਕ ਮਾਂਜਰਾ 'ਚ ਰਹੇ ਹਾਂ? ਆਪਾਂ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਕਿ ਅਸੀਂ ਬੜਾ ਡੈਮੋਕ੍ਰੈਟਿਕ ਸਿਸਟਮ ਇੱਥੇ ਚਲਾ ਰਹੇ ਹਾਂ, ਜਦੋਂ ਕਿ ਜਿਹੜੀ ਬੇਸਿਕ ਚੀਜ਼ ਹੈ ਡੈਮੋਕ੍ਰੇਸੀ ਦੀ, ਜਿੰਨਾ ਚਿਰ ਨੋਮੀਨੇਸ਼ਨ ਵੀ ਬੰਦਾ ਫਾਈਲ ਕਰ ਸਕੂਗਾ, ਜੇ ਉਹਨੇ ਚਾਹੇ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜਨੀ ਹੈ, ਚਾਹੇ ਉਹਨੇ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ, ਜਿੰਨਾ ਚਿਰ ਉਹਦੇ ਕੋਲ ਵੋਟਰ ਸੂਚੀ ਨਹੀਂ ਹੋਊਗੀ, ਬੇਸਿਕ ਰਿਕੁਆਇਰਮੈਂਟ ਮੁੱਢਲੀ ਚੀਜ਼ ਜਿਹੜੀ ਹੈ ਉਹ ਵੋਟਰ ਸੂਚੀ ਹੈ ਫੋਰ ਫਾਈਲਿੰਗ ਨੋਮੀਨੇਸ਼ਨ, ਅਤੇ ਹਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ ਗਈਆਂ। ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕੰਪਲੇਂਟ ਪਾ ਦਿੱਤੀ ਹੈ, ਇਲੈਕਸ਼ਨ ਕਮਿਸ਼ਨ ਨੂੰ ਹੁਣ 8 ਵਜੇ ਫਿਰ ਮੇਲ ਕਰਨ ਲੱਗਿਆ, ਫਿਰ ਅਸੀਂ ਨੋਮੀਨੇਸ਼ਨ ਕਿਵੇਂ ਫਾਈਲ ਕਰਾਂਗੇ? ਮੈਂ ਤਾਂ ਇਹ ਸਵਾਲ ਪੁੱਛਦਾ, ਜਿਹੜੇ ਜਿਹੜੇ ਬੰਦੇ ਇਸ ਪ੍ਰਕਿਰਿਆ 'ਚ ਇਨਵੋਲਵਡ ਹੈ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਲੈਕਸ਼ਨ ਕਮਿਸ਼ਨ ਸ਼ੁੱਡ ਟੇਕ ਨੋਟ ਆਫ ਇਟ ਐਂਡ ਟੇਕ ਸਟਰੋਂਗ ਐਕਸ਼ਨ ਅਗੇਂਸਟ ਦੈਮ ਟੂ ਪ੍ਰੋਟੈਕਟ ਡੈਮੋਕ੍ਰੇਸੀ। ਇਲੈਕਸ਼ਨ ਕਮਿਸ਼ਨ ਨੂੰ ਦੁਪਹਿਰ ਨੂੰ ਵੀ ਕੀਤੀ ਸੀ ਜੀ, ਮੈਂ ਖੁਦ ਇਲੈਕਸ਼ਨ ਕਮਿਸ਼ਨਰ ਸਾਹਿਬ ਨਾਲ ਖੁਦ ਆਪ ਗੱਲ ਕੀਤੀ ਹੈ, ਮੈਨੂੰ ਉਹਨਾਂ ਨੇ ਵੀ ਅਸ਼ੋਰ ਕੀਤਾ ਕਿ ਮੈਂ ਐਕਸ਼ਨ ਲਊਂਗਾ।
ਹੁਣ 8 ਵਜੇ ਅਸੀਂ ਫੇਰ ਕੰਪਲੇਂਟ ਕਰਨ ਲੱਗੇ ਹਾਂ ਜੀ। ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ, ਮੈਂ ADC ਸਾਹਿਬ ਨਾਲ ਗੱਲ ਕੀਤੀ, BDO ਸਾਹਿਬ ਕੋਲੇ ਤਾਂ ਮੈਂ ਬੈਠਾ ਹੀ ਹਾਂ। ਫਿਰ ਸਾਨੂੰ ਲਿਸਟਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਜੀ? ਕਿੰਨਾ ਚਿਰ ਸਾਡੇ ਤੋਂ ਲਿਸਟਾਂ ਲਕੋਲੋਗੇ ਤੁਸੀਂ? ਐ ਇਲੈਕਸ਼ਨ ਜਿੱਤ ਜਾਓਗੇ ਫਿਰ ਤੁਸੀਂ? ਵੋਟਾਂ ਤਾਂ ਪਿੰਡਾਂ ਦੇ ਲੋਕਾਂ ਨੇ ਪਾਉਣੀਆਂ। ਇਹ ਮਾੜੀਆਂ ਚਾਲਾਂ ਜਿਹੜੀਆਂ, ਸ਼ੈਲੋ ਮੈਂ ਕਹੂੰਗਾ ਥਿੰਕਿੰਗ, ਇਹ ਕੋਚੀਆਂ ਜਿਹੜੀਆਂ ਹਰਕਤਾਂ ਹੈ, ਇਹ ਬੰਦ ਹੋਣੀਆਂ ਚਾਹੀਦੀਆਂ। ਡੈਮੋਕਰੇਸੀ ਹੈ, ਲੋਕਾਂ ਨੇ ਫੈਸਲਾ ਕਰਨਾ। ਲੋਕਾਂ ਨੇ 92 ਤੁਹਾਡੇ ਵੀ ਜਿਤਾ ਕੇ ਭੇਜੇ ਸੀ। ਅੱਜ ਹਾਲਾਤ ਤੁਹਾਡੇ ਇਹ ਹੋ ਗਏ 2.5 ਸਾਲਾਂ ਚ, 3 ਸਾਲਾਂ ਚ, ਜਿਹੜੀ ਪਾਰਟੀ 92 MLA ਲੈ ਕੇ ਸਰਕਾਰ ਚ ਆਈ ਸੀ, ਅੱਜ ਉਹ ਵੋਟਰ ਲਿਸਟਾਂ ਦੇਣ ਤੋਂ ਗਰੇਜ਼ ਕਰ ਰਹੀ ਹੈ। ਉਦੋਂ ਕਹਿੰਦੇ ਸੀ ਵੀ ਯਾਰ ਅਸੀਂ ਆਮ ਆਦਮੀ ਪਾਰਟੀ ਹਾਂ, ਅਸੀਂ ਇੱਕ ਚੇਂਜ ਲੈ ਕੇ ਆਵਾਂਗੇ, ਅਸੀਂ ਬਦਲਾਅ ਦੀ ਗੱਲ ਕਰਾਂਗੇ। ਆਹ ਬਦਲਾਅ ਹੈ ਜੀ ਇੱਥੇ ਕਿ ਜਿਹੜੇ ਲੋਕਾਂ ਨੇ ਇਲੈਕਸ਼ਨ ਲੜਨੀ ਆ, ਸਾਡੇ ਕੈਂਡੀਡੇਟਸ ਬੈਠੇ ਆ, ਇੱਥੇ ਬੈਠੇ ਆ, ਬਾਹਰ ਖੜੇ ਆ, ਮੇਰੇ ਘਰ ਬੈਠੇ ਆ, ਵੋਟਰ ਲਿਸਟਾਂ ਨੂੰ ਉਡੀਕ ਰਹੇ ਜੀ। 2 ਤੇ 3 ਤਰੀਕ ਫਿਰ ਗਜ਼ਟਿਡ ਹੋਲੀਡੇਜ਼ ਆ ਗਈਆਂ, ਫਿਰ ਕਿਹੜੇ ਵੇਲੇ ਅਸੀਂ ਨੋਮੀਨੇਸ਼ਨ ਫਾਈਲ ਕਰਾਂਗੇ? ਇਹਦਾ ਮਤਲਬ ਦਿਸ ਯੂ ਆਰ ਡਿਨਾਇੰਗ ਅਸ ਦ ਰਾਈਟ ਟੂ ਕੰਟੈਸਟ ਦੀ ਇਲੈਕਸ਼ਨ, ਤੇ ਇਹ ਲੜਾਈ ਹਰ ਪੱਧਰ ਤੇ ਲੜਾਂਗੇ। ਇਲੈਕਸ਼ਨ ਕਮਿਸ਼ਨ ਕੋਲੇ ਜਾ ਚੁੱਕੇ ਹਾਂ, ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇ ਲੋਕਾਂ ਦੀ ਕਚਹਿਰੀ 'ਚ ਵੀ ਜਾਵਾਂਗੇ। ਡੀਸੀ ਦਾ ਦਫ਼ਤਰ ਘਰਾਓ ਕਰਨਾ ਪਿਆ, ਡੀਸੀ ਦਾ ਦਫ਼ਤਰ ਵੀ ਘੇਰਾਂਗੇ। ਅੱਗੇ ਗੱਲ ਕਰਾਂਗੇ ਸੁਨੀਲ ਜਾਖੜ ਦੀ, ਕਿਉਂਕਿ ਆਪਣੇ ਅਸਤੀਫੇ ਨੂੰ ਲੈ ਕੇ ਸੁਨੀਲ ਜਾਖੜ ਵੀ ਖਾਸੇ ਚਰਚਾ ਦੇ ਵਿੱਚ ਰਹੇ ਨੇ। ਇੱਕ ਪਾਸੇ ਇਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਸੁਨੀਲ ਜਾਖੜ, ਹਾਈਕਮਾਨ ਦੇ ਵੱਲੋਂ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਪਰ ਦੂਸਰੇ ਹੀ ਪਾਸੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਲੀਡਰਾਂ ਦੀ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ, ਹਰਜੀਤ ਗਰੇਵਾਲ ਪੋਸਟ ਪਾਉਂਦੇ ਨੇ, ਉਹ ਜਾਣਕਾਰੀ ਸਾਂਝੀ ਕਰਦੇ ਨੇ ਕਿ ਅਫਵਾਹ ਉਡਾਈ ਜਾ ਰਹੀ ਹੈ ਸੁਨੀਲ ਜਾਖੜ ਦੇ ਅਸਤੀਫੇ ਦੀ, ਔਰ ਇਹ ਬਿਲਕੁਲ ਨਿਰਾਧਾਰ ਹੈ। ਕੋਈ ਅਸਤੀਫਾ ਨਹੀਂ ਦਿੱਤਾ ਗਿਆ, ਨਾ ਹੀ ਕੋਈ ਅਸਤੀਫਾ ਪ੍ਰਵਾਨ ਕੀਤਾ ਗਿਆ ਹੈ, ਬਲਕਿ ਸੁਨੀਲ ਜਾਖੜ ਦੀ ਪ੍ਰਧਾਨਗੀ ਦੇ ਵਿੱਚ ਭਾਜਪਾ ਲੀਡਰਸ਼ਿਪ ਕੰਮ ਕਰਕੇ ਖੁਸ਼ ਹੈ। ਦੂਸਰੇ ਪਾਸੇ ਅਨਿਲ ਸਰੀਨ ਦੀ ਗੱਲ ਕਰ ਲਈਏ ਤਾਂ ਉਹ ਬਕਾਇਦਾ ਲਾਈਵ ਹੋ ਕੇ ਇਹ ਬਿਆਨ ਦਿੰਦੇ ਨੇ ਕਿ ਅਸਤੀਫੇ ਵਾਲੀ ਅਫਵਾਹ ਹੈ, ਕੋਈ ਅਸਤੀਫਾ ਨਹੀਂ ਦਿੱਤਾ ਗਿਆ। ਔਰ ਦੂਸਰੇ ਹੀ ਪਾਸੇ ਤੁਹਾਨੂੰ ਦੱਸ ਦਈਏ ਫਤਿਹਜੰਗ ਬਾਜਵਾ ਹੁਣਾਂ ਦਾ ਵੀ ਇਸ ਮਾਮਲੇ ਦੇ ਵਿੱਚ ਬਿਆਨ ਸਾਹਮਣੇ ਆਉਂਦਾ ਹੈ। ਉਹਨਾਂ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਸੁਨੀਲ ਜਾਖੜ ਨੂੰ ਲੈ ਕੇ ਗਲਤ ਖਬਰਾਂ ਜੋ ਨੇ ਉਹ ਫੈਲਾਈਆਂ ਜਾ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਭਾਜਪਾ ਲੀਡਰਾਂ ਦੀ ਪ੍ਰਤੀਕਿਰਿਆ ਜ਼ਰੂਰ ਸਾਹਮਣੇ ਆਈ ਹੈ, ਪਰ ਸੁਨੀਲ ਜਾਖੜ ਦੀ ਚੁੱਪੀ ਇਹਨਾਂ ਸਵਾਲਾਂ ਨੂੰ ਬਰਕਰਾਰ ਰੱਖਣ ਲਈ ਕਾਫੀ ਹੈ, ਕਿਉਂਕਿ ਉਹਨਾਂ ਨੇ ਕੋਈ ਸਪਸ਼ਟੀਕਰਨ ਇਸ ਮਾਮਲੇ ਨੂੰ ਲੈ ਕੇ ਨਹੀਂ ਦਿੱਤਾ, ਨਾ ਹੀ ਉਹਨਾਂ ਦੀ ਕੋਈ ਪੋਸਟ ਸਾਹਮਣੇ ਆਈ ਹੈ, ਨਾ ਹੀ ਉਹਨਾਂ ਨੇ ਕੋਈ ਲਾਈਵ ਹੋ ਕੇ ਇਸ ਮਾਮਲੇ ਦੇ ਉੱਤੇ ਕੋਈ ਸਪਸ਼ਟੀਕਰਨ ਦਿੱਤਾ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਚੋਣਾਂ ਦੀਆਂ ਜੋ ਮੀਟਿੰਗਾਂ ਚੱਲ ਰਹੀਆਂ ਸੀ ਪਾਰਟੀ ਦੀਆਂ, ਉਸ ਦਾ ਹਿੱਸਾ ਨਹੀਂ ਬਣਦੇ ਸੁਨੀਲ ਜਾਖੜ, ਔਰ ਉਸੇ ਨੂੰ ਲੈ ਕੇ ਮਾਮਲਾ ਜੋ ਹੈ ਉਹ ਅਗਾਂਹ ਵੱਧਦਾ ਹੈ, ਔਰ ਇਹ ਖਬਰਾਂ ਜੋ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਪਾਰਟੀ ਦੇ ਅੰਦਰ ਬਹੁਤ ਕੁਝ ਹੋ ਵਾਪਰ ਰਿਹਾ ਹੈ ਜਿਸ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਸੁਨੀਲ ਜਾਖੜ ਦੀ ਚੁੱਪੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਹਾਲਾਂਕਿ ਵਿਰੋਧੀ ਧਿਰਾਂ ਦੀ ਗੱਲ ਕਰ ਲਈਏ ਤਾਂ ਕਾਂਗਰਸ ਦੇ ਵੱਲੋਂ ਤਾਂ ਤੰਜ ਕੱਸਿਆ ਗਿਆ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਉਹਨਾਂ ਨੂੰ ਜਿੱਥੇ ਆਲ ਦਾ ਬੈਸਟ ਕਿਹਾ, ਉੱਥੇ ਹੀ ਵੇਅਰ ਨੈਕਸਟ ਦਾ ਸਵਾਲ ਵੀ ਖੜਾ ਕਰ ਦਿੱਤਾ। ਅਗਰ ਮਲਵਿੰਦਰ ਕੰਗ ਹੁਣਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਸਾਫ਼ ਤੌਰ ਉੱਤੇ ਆਖਣਾ ਸੀ ਕਿ ਸੁਨੀਲ ਜਾਖੜ ਪੰਜਾਬ ਹੀ ਤੈਸ਼ੀ ਨੇ, ਔਰ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਵਾਲਾ ਵਿਅਕਤੀ ਭਾਜਪਾ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ। ਸੋ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਗਰਮਾਇਆ ਰਿਹਾ, ਕਈ ਤਰ੍ਹਾਂ ਦੇ ਸਵਾਲ ਜੋ ਨੇ ਇਸ ਨੂੰ ਲੈ ਕੇ ਬਰਕਰਾਰ ਰਹੇ ਨੇ। ਸੁਨੀਲ ਜਾਖੜ ਦੀ ਚੁੱਪੀ ਟੁੱਟਣ ਦਾ ਇੰਤਜ਼ਾਰ ਜੋ ਹੈ ਉਹ ਹਰ ਕਿਸੇ ਦੇ ਵੱਲੋਂ ਕੀਤਾ ਜਾ ਰਿਹਾ ਹੈ। ਅੱਗੇ ਗੱਲ ਅਸੀਂ ਕਿਸਾਨਾਂ ਦੀ ਕਰਾਂਗੇ, ਕਿਉਂਕਿ ਕਿਸਾਨਾਂ ਦੇ ਮੁੱਦੇ ਉੱਤੇ ਭਾਜਪਾ ਲੀਡਰਾਂ ਦੇ ਜੋ ਬਿਆਨ ਸਾਹਮਣੇ ਆਏ ਨੇ
ਉਹ ਵੀ ਇਸ ਹਫਤੇ ਖਾਸੇ ਚਰਚਾ ਦੇ ਵਿੱਚ ਰਹੇ, ਉਸ ਨੂੰ ਲੈ ਕੇ ਵਿਵਾਦ ਵੀ ਹੋਇਆ, ਕਿਉਂਕਿ ਪਹਿਲਾਂ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ 3 ਖੇਤੀ ਕਾਨੂੰਨ ਵਾਪਸ ਆਉਣੇ ਚਾਹੀਦੇ ਨੇ, ਕਿਉਂਕਿ ਬਹੁਤ ਜ਼ਿਆਦਾ ਕਿਸਾਨਾਂ ਦੇ ਵੱਲੋਂ ਤਾਂ ਇਸ ਦਾ ਵਿਰੋਧ ਕੀਤਾ ਨਹੀਂ ਗਿਆ, ਕੁਝ ਇੱਕ ਸੂਬਿਆਂ ਦੇ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਨੂੰ ਆਪ ਹੀ ਚਾਹੀਦਾ ਹੈ ਕਿ 3 ਖੇਤੀ ਕਾਨੂੰਨ ਜੋ ਨੇ ਉਹਨਾਂ ਨੂੰ ਵਾਪਸ ਲਾਗੂ ਕਰਵਾਉਣ ਦੀ ਮੰਗ ਕੀਤੀ ਜਾਏ। ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਮਾਮਲਾ ਪੱਕ ਜਾਂਦਾ ਹੈ ਉਸ ਤੋਂ ਬਾਅਦ ਕੰਗਨਾ ਰਣੌਤ ਦੇ ਵੱਲੋਂ ਮਾਫ਼ੀ ਵੀ ਮੰਗ ਲਈ ਜਾਂਦੀ ਹੈ, ਪਰ ਉਸ ਤੋਂ ਬਾਅਦ ਮਨੋਹਰ ਲਾਲ ਖੱਟੜ ਦੇ ਵੱਲੋਂ ਕਿਸਾਨਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਮਨੋਹਰ ਲਾਲ ਖੱਟੜ ਹੁਣਾਂ ਦੀ ਵੀ ਗੱਲ ਕਰਾਂਗੇ, ਪਹਿਲਾਂ ਕੰਗਨਾ ਰਣੌਤ ਦੇ ਬਿਆਨ ਸੁਣ ਲੈਂਦੇ ਹਾਂ। ਕਿਸਾਨੋਂ ਕੇ ਜੋ ਲੌਸ ਹੈ ਵੋ ਮੁਝੇ ਲਗਤਾ ਹੈ ਜੋ ਰਿਪੀਟ ਹੋ ਗਏ ਹੈ ਵੋ ਫਿਰ ਸੇ ਲਗਨੇ ਚਾਹੀਏ, ਹੋ ਸਕਤਾ ਹੈ ਕੰਟਰੋਵਰਸ਼ੀਅਲ ਹੋ ਜਾਏ, ਲੇਕਿਨ ਮੁਝੇ ਲਗਤਾ ਹੈ ਕਿਸਾਨੋਂ ਕੇ ਹਿਤਕਾਰੀ ਲੌਸ ਵਾਪਸ ਆਨੇ ਚਾਹੀਏ ਔਰ ਕਿਸਾਨੋਂ ਕੋ ਖੁਦ ਇਸਕੀ ਡਿਮਾਂਡ ਕਰਨੀ ਚਾਹੀਏ ਔਰ ਤਾਂ ਕਿ ਹਮਾਰੇ ਕਿਸਾਨ ਵੀ ਜੈਸੇ ਬਾਕੀ ਬਾਕੀ ਜਗ੍ਹਾਓ ਪੇ ਸਮ੍ਰਿੱਧੀ ਹੋ ਰਹੀ ਹੈ, ਹਮਾਰੇ ਕਿਸਾਨ ਕੀ ਸਮ੍ਰਿੱਧੀ ਮੇ ਕੋਈ ਬ੍ਰੇਕ ਨਾ ਲਗੇ ਔਰ ਜੈਸੇ ਵਨ ਨੇਸ਼ਨ ਵਨ ਇਲੈਕਸ਼ਨ ਸਾਰੇ ਬਿਊਰੋਕ੍ਰੇਸੀ ਹੋ ਗਏ, ਸਾਰੇ ਜੋ ਹਮਾਰੇ ਲੀਡਰ ਹੋ ਗਏ ਹਰ ਦੋ ਦੋ ਤਿੰਨ ਤਿੰਨ ਮਹੀਨੇ ਮੇ ਇਲੈਕਸ਼ਨ ਕਰਤੇ ਰਹਤੇ ਹੈ, ਤੋ ਦੇਸ਼ ਕੇ ਵਿਕਾਸ ਮੇ ਕਿਸਾਨ ਜੋ ਹੈ ਵੋ ਮੇਨ ਹਮਾਰਾ ਇੱਕ ਪਿਲਰ ਆਫ ਸਟਰੈਂਥ ਹੈ, ਤੋ ਮੈਂ ਚਾਹਤੀ ਹੂੰ ਕਿ ਵੋ ਖੁਦ ਐਸੀ ਅਪੀਲ ਕਰੇ ਕਿ ਭਈ ਹਮਾਰੇ ਜੋ 3 ਲੌਸ ਜੋ ਹਮ ਸੇ ਜੋ ਸਿਰਫ ਔਰ ਸਿਰਫ ਕੁਛ ਇੱਕ ਰਾਜਿਓ ਮੇ ਜੋ ਹੈ ਉਹਨੇ ਉਸਕੋ ਲੇਕਰ ਜੋ ਹੈ ਆਪੱਤੀ ਜਤਾਈ ਥੀ, ਮੁਝੇ ਲਗਤਾ ਹੈ ਕਿ ਉਨਕੋ ਮੈਂ ਹਾਥ ਜੋੜ ਕੇ ਉਨਕੋ ਬਿਨਤੀ ਕਰਤੀ ਹੂੰ ਕਿ ਸਭ ਕਿਸਾਨੋਂ ਕੇ ਹਿੱਤ ਕੋ ਧਿਆਨ ਮੇ ਰੱਖ ਕਰ ਜੋ ਹੈ ਵੋ ਲੌਸ ਜੋ ਹੈ ਵਾਪਸ ਮੰਗੇ ਕਿਸਾਨ ਹੈ। ਨਮਸਤੇ ਦੋਸਤੋ, ਪਿਛਲੇ ਬੀਤੇ ਕੁਛ ਦਿਨੋਂ ਮੇ ਮੀਡੀਆ ਨੇ ਮੁਝਸੇ ਫਾਰਮਰਸ ਲੋ ਪੇ ਕੁਛ ਸਵਾਲ ਕੀਏ ਔਰ ਮੈਨੇ ਯੇ ਸੁਝਾਵ ਦਿਆ ਕਿ ਕਿਸਾਨੋਂ ਕੋ ਫਾਰਮਰਸ ਲੋ ਵਾਪਸ ਲਾਨੇ ਕਾ ਪ੍ਰਧਾਨ ਮੰਤਰੀ ਜੀ ਸੇ ਨਿਵੇਦਨ ਕਰਨਾ ਚਾਹੀਏ। ਮੇਰੀ ਇਸ ਬਾਤ ਸੇ ਬਹੁਤ ਸਾਰੇ ਲੋਕ ਨਿਰਾਸ਼ ਹੈ ਔਰ ਡਿਸਅਪੋਇੰਟਿਡ ਹੈ। ਜਬ ਫਾਰਮਰਸ ਲੋ ਪ੍ਰਪੋਜ਼ ਹੋਏ ਥੇ ਤੋ ਹਮ ਬਹੁਤ ਸਾਰੇ ਲੋਗੋਂ ਨੇ ਜੋ ਹੈ ਉਨਕਾ ਸਮਰਥਨ ਕੀਆ ਥਾ, ਲੇਕਿਨ ਬੜੀ ਹੀ ਸੰਵੇਦਨਸ਼ੀਲਤਾ ਸੇ ਔਰ ਸਹਾਨੁਭੂਤੀ ਸੇ ਹਮਾਰੇ ਮਾਨਯੋ ਪ੍ਰਧਾਨ ਮੰਤਰੀ ਜੀ ਨੇ ਵੋ ਲੌਸ ਜੋ ਥੇ ਵਾਪਸ ਲੈ ਲੀਏ ਥੇ ਔਰ ਇਹ ਹਮ ਸਭ ਕਾਰਿਆਕਰਤਾਓਂ ਕਾ ਕਰਤਵਯ ਬਣਤਾ ਹੈ ਕਿ ਹਮ ਉਨਕੇ ਸ਼ਬਦੋਂ ਕੀ ਗਰਿਮਾ ਰੱਖੇ। ਮੁਝੇ ਇਹ ਬਾਤ ਵੀ ਧਿਆਨ ਰੱਖਣੀ ਹੋਗੀ ਕਿ ਮੈਂ ਅਬ ਇੱਕ ਕਲਾਕਾਰ ਨਹੀਂ, ਭਾਰਤੀ ਜਨਤਾ ਪਾਰਟੀ ਕੀ ਕਾਰਿਆਕਰਤਾ ਹੂੰ ਔਰ ਮੇਰੇ ਓਪੀਨੀਅਨਸ ਆਪਣੇ ਨਹੀਂ ਹੋਣੇ ਚਾਹੀਏ, ਵੋ ਪਾਰਟੀ ਕਾ ਸਟੈਂਡ ਹੋਣਾ ਚਾਹੀਏ। ਤੋ ਅਗਰ ਮੈਨੇ ਆਪਣੇ ਸ਼ਬਦੋਂ ਸੇ ਔਰ ਆਪਣੀ ਸੋਚ ਸੇ ਕਿਸੀ ਕੋ ਡਿਸਅਪੋਇੰਟ ਕੀਆ ਹੈ, ਮੁਝੇ ਖੇਦ ਰਹੇਗਾ। ਆਈ ਟੇਕ ਮਾਈ ਵਰਡਸ ਬੈਕ। ਥੈਂਕ ਯੂ। ਉੱਥੇ ਗੱਲ ਮਨੋਹਰ ਲਾਲ ਖੱਟਰ ਹੋਣਾਂ ਦੀ ਕਰੀਏ ਤਾਂ ਵਾਰ ਵਾਰ ਉਹਨਾਂ ਦੇ ਵੱਲੋਂ ਜੋ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ ਉਹ ਵੀ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਪਹਿਲਾ ਬਿਆਨ ਉਹਨਾਂ ਦਾ ਇਹ ਸਾਹਮਣੇ ਆਉਂਦਾ ਹੈ ਕਿ ਜੋ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਉਹ ਲੋਕ ਕਿਸਾਨ ਨਹੀਂ, ਕਿਸਾਨਾਂ ਦੇ ਰੂਪ ਦੇ ਵਿੱਚ ਮੁਖੌਟਾ ਪਾਇਆ ਹੋਇਆ ਹੈ ਇਹਨਾਂ ਲੋਕਾਂ ਨੇ ਔਰ ਉਸ ਤੋਂ ਬਾਅਦ ਆਪਣੇ ਬਿਆਨ ਉੱਤੇ ਬਾਕਾਇਦਾ ਉਹ ਕਾਇਮ ਰਹਿੰਦੇ ਨੇ ਔਰ ਉਹਨਾਂ ਦੇ ਵੱਲੋਂ ਇੱਥੋਂ ਤੱਕ ਆਖ ਦਿੱਤਾ ਜਾਂਦਾ ਹੈ ਕਿ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਸ਼ਰਾਰਤ ਕਰਨ ਦਾ ਅਧਿਕਾਰ ਨਹੀਂ ਹੈ। ਕਿਸਾਨਾਂ ਨੂੰ ਪਹਿਲਾਂ ਵੀ ਦਿੱਲੀ ਜਾਣ ਦਾ ਮੌਕਾ ਦਿੱਤਾ ਗਿਆ ਸੀ ਪਰ ਇਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਉਤਰਦੇ ਨੇ। ਲਾਲ ਕਿਲੇ ਦੇ ਵਿੱਚ ਜੋ ਕੁਝ ਹੋਇਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ ਔਰ ਤੁਹਾਨੂੰ ਦੱਸ ਦਈਏ ਕਿ ਤਿੱਖੀਆਂ ਟਿੱਪਣੀਆਂ ਜੋ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਇੱਕ ਚੈਨਲ ਦੇ ਵਿੱਚ ਇੰਟਰਵਿਊ ਦੇ ਦੌਰਾਨ ਵੀ ਉਹਨਾਂ ਦੇ ਵੱਲੋਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਜੋ ਹੈ ਉਹ ਇਸ ਪ੍ਰਦਰਸ਼ਨ ਨੂੰ ਲੈ ਕੇ ਕੀਤਾ ਗਿਆ ਹੈ। ਤਾਂ ਇਸ ਸਭ ਦੇ ਵਿਚਾਲੇ ਪਲਟਵਾਰ ਜੋ ਹੈ ਉਹ ਕਿਸਾਨਾਂ ਦੇ ਵੱਲੋਂ ਵੀ ਕੀਤਾ ਗਿਆ। ਸਰਵਣ ਸਿੰਘ ਪੰਧੇਰ ਹੁਣਾਂ ਨੇ ਮਨੋਹਰ ਲਾਲ ਖੱਟੜ ਹੁਣਾਂ ਨੂੰ ਘੇਰਿਆ ਔਰ ਉਹਨਾਂ ਦੇ ਵੱਲੋਂ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਔਰ ਚੋਣਾਂ ਦੇ ਮੱਦੇਨਜ਼ਰ ਅਜਿਹੀਆਂ ਟਿੱਪਣੀਆਂ ਜੋ ਨੇ ਉਹ ਸਾਹਮਣੇ
ਆ ਰਹੀਆਂ ਨੇ, ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਬਿਆਨਬਾਜ਼ੀਆਂ ਜੋ ਨੇ ਉਹ ਕਿਸਾਨਾਂ ਦੇ ਖਿਲਾਫ ਹੋ ਰਹੀਆਂ ਨੇ, ਔਰ ਇਸ ਦਾ ਖਾਮਿਆਜ਼ਾ ਜੋ ਹੈ ਉਹ ਭਾਜਪਾ ਲੀਡਰਾਂ ਨੂੰ ਭੁਗਤਣਾ ਪਏਗਾ। ਹੋਰ ਕੀ ਕੁਝ ਕਿਹਾ ਸਰਵਣ ਸਿੰਘ ਪੰਧੇਰ ਨੇ, ਆਓ ਸੁਣਦੇ ਹਾਂ। ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ, ਜਿਹੜੇ 9.5 ਸਾਲ ਹਰਿਆਣੇ ਦੇ ਸੀਐਮ ਰਹੇ ਨੇ, ਇਸ ਵੇਲੇ ਕੇਂਦਰੀ ਮੰਤਰੀ ਨੇ, ਜੋ ਕੁਝ ਉਹਨਾਂ ਨੇ ਬੋਲਿਆ ਕਿ ਅਸੀਂ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ, ਔਰ ਇਹਦੇ ਨਾਲ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ ਆ, ਇਹੀ ਕਹਿੰਦੇ ਸੀ ਵਪਾਰੀਆਂ ਨੂੰ। ਵੇਖੋ ਸੱਚ ਮੂੰਹ ਚੋਂ ਨਿਕਲ ਆਇਆ ਨਾ ਵੀ ਇਹ ਰਾਹ ਰੋਕਣ ਵਾਲੇ ਨੇ ਟਰਾਂਸਪੋਰਟਰਾਂ ਨੂੰ, ਆਮ ਜਨਤਾ ਨੂੰ। ਇਹਨਾਂ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲੋਂ ਵੀ ਆ ਚੁੱਕੇ ਆ, ਪਹਿਲੇ ਅੰਦੋਲਨ ਚ ਵੀ ਕਹਿੰਦੇ ਸੀਗੇ ਵੀ 100-150 ਬੰਦਾ ਇਕੱਠਾ ਹੋ ਜਾਓ, ਡਾਂਗਾਂ ਚ ਫੜ ਲਓ, ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫਿਰੋ ਰੱਜ ਕੇ, ਔਰ ਜੇ ਜੇਲ੍ਹ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ। ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫ਼ੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ, ਉਹਨਾਂ ਦੇ ਐਸਡੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ, ਤੋ ਉਹਨਾਂ ਦੇ ਬਿਆਨ ਨਾਲ ਹੀ ਉਹ ਬੜੇ ਮਸ਼ਹੂਰ ਨੇ। ਤੋ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾ ਰਹੀ ਆ, ਸਾਦੇ ਮੁੱਦਿਆਂ ਨੂੰ ਡੀਰੇਲ ਕਰਨ ਲਈ, ਕਿਸਾਨਾਂ ਦੇ ਅਕਸ਼ ਨੂੰ ਖਰਾਬ ਕਰਨ ਲਈ। ਇੱਕ ਬੰਨੇ ਸ਼ਿਵਰਾਜ ਚੌਹਾਨ ਕਹਿ ਰਿਹਾ ਸੀ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ, ਉਹ ਵੀ ਡੈਮਜ ਕੰਟਰੋਲ ਕਰਦਾ, ਸਾਰਾ ਕੁਛ ਗਿਣ ਮਿੱਥ ਕੇ ਹੋ ਰਿਹਾ। ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆ ਜਾਣਾ, 5 ਅਕਤੂਬਰ ਨੂੰ ਜਵਾਬ ਮਿਲ ਜਾਣਾ, 8 ਅਕਤੂਬਰ ਨੂੰ ਆ ਜਾਣਾ ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ। ਪਹਿਲੋਂ ਅਨਿਲ ਵਿੱਚ ਹੀ ਹੋਣਾ ਸੱਚ ਬੋਲਤਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ, ਜੋ ਕੁਝ ਵੀ ਹੋਇਆ, ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ। ਤੋ ਹੁਣ ਖੱਟਰ ਸਾਹਿਬ ਨੇ ਸ਼ਹੀਦ ਸੁਭ ਕਰਨ ਦੇ ਕਤਲ ਨਾਲ ਹੱਥ ਰੰਗੇ ਆ, ਜੋ ਜ਼ੁਲਮ ਬਾਰਡਰਾਂ ਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ, ਪਾਪ ਦਾ ਘੜਾ ਭਰ ਚੁੱਕਾ ਤੋ ਭੱਜਾ ਵਾ ਹੁਣ, ਤੇ ਸਾਰਾ ਕੁਝ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ। ਜਿਹੜਾ ਕੰਗਨਾ ਰਾਉਤ ਜੀ ਕਹਿ ਰਹੀ ਨੇ ਵੀ ਮੇਰਾ ਇਹ ਨਿੱਜੀ ਬਿਆਨ ਹੈ ਕੱਲ ਵਾਲਾ, ਤੋ ਕੰਗਨਾ ਰਾਉਤ ਜੀ MP ਨੇ ਨਿੱਜੀ ਕਿਹਾ, ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਾਣਾ। ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫ਼ੀ ਮੰਗ ਚੁੱਕੇ ਹੋਣ, ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚੱਲ ਚੁੱਕੇ, ਉਹਨਾਂ ਦੀ ਚੁਣੀ ਹੋਈ MP ਬਿਆਨ ਦੇਵੇ, ਉਹਦੇ ਖਿਲਾਫ਼ ਪਾਰਟੀ ਦੀ ਜਾਬਤਾ ਕਾਰਵਾਈ ਬਣਦੀ ਹੈਗੀ ਆ। ਪਰ ਸਾਨੂੰ ਪਤਾ ਵਾ ਵੀ ਗਿਣ ਮਿੱਥ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ, ਤੇ ਅਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਏਦਾਂ ਜਾਰੀ ਰਹੂਗੀ, ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ। ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ, ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਵੀ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ। ਨਿਊਜ਼ ਦਿਸ ਵੀਕ ਦੀ ਇਸ ਪੇਸ਼ਕਸ਼ ਦੇ ਵਿੱਚ ਫਿਲਹਾਲ ਇੰਨਾ ਹੀ। ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ TV ਪੰਜਾਬ।